ਪਹਿਲਾਂ ਸਟੇਜ 'ਤੇ ਲੱਗੇ ਕਾਂਗਰਸ ਸਰਕਾਰ ਦੇ ਬੋਰਡ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵੱਲ ਨਿਗਾਹ ਮਾਰੋ ਅਤੇ ਹੁਣ ਸਟੇਜ 'ਤੇ ਠੁਮਕੇ ਲਗਾ ਰਹੀਆਂ ਡਾਂਸਰਾਂ ਨੂੰ ਜ਼ਰਾ ਧਿਆਨ ਨਾਲ ਦੇਖੋ। ਤਸਵੀਰਾਂ ਦੇਖ ਲੱਗ ਰਿਹਾ ਹੋਣਾ ਜਿਵੇਂ ਕਿਸੇ ਕੱਟੜ ਲੀਡਰ ਦੇ ਵਿਆਹ ਦਾ ਸਮਾਗਮ ਹੋਵੇ, ਪਰ ਜੇਕਰ ਤੁਸੀਂ ਅਜਿਹਾ ਸੋਚ ਰਹੇ ਹੋ ਤਾਂ ਗਲਤ ਹੋ। ਅਸੀਂ ਤੁਹਾਨੂੰ ਹੁਣ ਇਸ ਸਮਾਗਮ ਤੋਂ ਜਾਣੂ ਕਰਵਾਉਂਦੇ ਹਾਂ। ਦਰਅਸਲ ਡਾਂਸਰਾਂ ਦੇ ਠੁਮਕੇ ਲਗਾਉਣ ਦੀਆਂ ਤਸਵੀਰਾਂ ਫਗਵਾੜਾ ਦੀਆਂ ਨੇ, ਜਿੱਥੇ ਕਾਂਗਰਸ ਪਾਰਟੀ ਵੱਲੋਂ ਜਿਮਣੀ ਚੋਣਾਂ ਲਈ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਤੇ ਲੋਕਾਂ ਦਾ ਭਾਰੀ ਇਕੱਠ ਕਰਨ ਲਈ ਇਹਨਾਂ ਡਾਂਸਰਾਂ ਦਾ ਸਹਾਰਾ ਲੈਣਾ ਪਿਆ। ਪਰ ਇੱਕ ਪਾਸੇ ਤਾਂ ਕਾਂਗਰਸ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਨੇ ਪਿਛਲੇ 2.5 ਸਾਲ ਦੌਰਾਨ ਸੂਬੇ ਲਈ ਬਹੁਤ ਵਿਕਾਸ ਕੀਤਾ, ਪਰ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਨੂੰ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਲਈ ਇਹਨਾਂ ਡਾਂਸਰਾਂ ਦਾ ਪੱਲਾ ਫੜਨਾ ਪਿਆ। ਜਦੋਂ ਇਸ ਸੰਬੰਧੀ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ, ਜ਼ਰਾ ਉਹ ਵੀ ਸੁਣੋ। ਡਿਵੈਲਪਮੈਂਟ ਦੇ ਨਾਂ 'ਤੇ ਲੜ ਰਹੇ, 2.5 ਸਾਲ ਸਾਡੀ ਸਰਕਾਰ ਆਈ ਹੈ, ਜਿਹੜੇ ਅਸੀਂ ਪੰਜਾਬ ਦੇ ਅੰਦਰ ਡਿਵੈਲਪਮੈਂਟ ਕਰ ਰਹੇ ਹਾਂ, ਉਹੀ ਡਿਵੈਲਪਮੈਂਟ ਅਸੀਂ ਫਗਵਾੜੇ ਦੇ ਲੋਕਾਂ ਨੂੰ ਦੱਸੀ ਹੈ ਕਿ ਅਸੀਂ ਫਗਵਾੜੇ ਜਿਹੜਾ ਫਗਵਾੜਾ ਪਿਛਲੇ 10 ਸਾਲਾਂ ਤੋਂ ਜਿਹੜਾ ਵਿਕਾਸ ਦੀ ਪਿੱਛੇ ਰਹਿ ਗਿਆ ਸੀ ਵਿਕਾਸ ਤੋਂ, ਉਹਨੂੰ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਅਸੀਂ 2.5 ਸਾਲਾਂ ਵਿੱਚ ਪੰਜਾਬ ਦੇ ਵਿੱਚ ਇੰਨੀ ਡਿਵੈਲਪਮੈਂਟ ਕੀਤੀ ਹੈ, ਉਹਦੇ ਬਿਹਾਫ 'ਤੇ ਅਸੀਂ ਫਗਵਾੜੇ ਤੋਂ ਵੋਟ ਮੰਗ ਰਹੇ ਹਾਂ। ਕਿਆ ਹੈ ਜਿਹੜੇ 20 ਸਾਲਾਂ ਤੋਂ ਜਿਹੜੇ ਕੈਂਡੀਡੇਟ ਹੈ ਇਹ ਹਰ ਸਾਲ ਨਚਾਉਂਦੇ ਸੀ, ਉਦੋਂ ਨਹੀਂ ਤੁਸੀਂ ਕੁਐਸਚਨ ਕੀਤੇ? ਨਹੀਂ ਨਹੀਂ, ਤੁਸੀਂ ਉੱਥੇ ਹੀ ਰਹਿੰਦੇ ਨਾ, ਮੈਂ ਤੁਹਾਨੂੰ ਇਹ ਗੱਲ ਕਰ ਰਿਹਾ, ਤੁਸੀਂ ਵੋਟ ਦੀ ਗੱਲ ਕੀਤੀ ਹੈ, ਵੋਟ ਅਸੀਂ ਵਿਕਾਸ ਦੇ ਨਾਂ 'ਤੇ ਗੱਲ ਕਰ ਰਹੇ ਹਾਂ। ਇਹ ਇਹਨਾਂ ਲੋਕਾਂ ਦਾ ਮਨੋਰੰਜਨ ਹੈ, ਇਹ ਇਹ ਦੂਜੇ ਪ੍ਰਦੇਸ਼ਾਂ ਤੋਂ ਆਉਂਦੇ ਨੇ, ਇਹਨਾਂ ਦਾ ਇਹ ਮਨੋਰੰਜਨ ਹੈ ਜਿਹੜਾ ਹੋ ਰਿਹਾ। ਚਲੋ ਮੇਰੇ ਤੋਂ ਮੈਂ ਨਹੀਂ ਦੇਖਿਆ, ਮੇਰੇ ਤੋਂ ਪਹਿਲਾਂ ਹੋ ਗਿਆ ਹੋਏਗਾ, ਮੇਰੇ ਸਾਹਮਣੇ ਤਾਂ ਹੋਇਆ ਨਹੀਂ। ਅਗਰ ਤੁਸੀਂ ਕਹਿੰਦੇ ਕਰ ਰਹੇ ਤਾਂ ਇਹਨੂੰ ਬੰਦ ਕਰ। ਵੈਸੇ ਡਾਂਸ ਮੈਂ ਨਹੀਂ ਦੇਖਿਆ, ਇਹਨਾਂ ਦੀ ਇਹ ਜਿਹੜੇ ਲੋਕ ਨੇ ਇਹਨਾਂ ਦੇ ਮਨੋਰੰਜਨ ਲਈ ਇਹਨਾਂ ਨੂੰ ਬੁਲਾਇਆ ਗਿਆ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਦੂਜੇ ਪਾਸੇ ਜਦੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਮੀਡੀਆ ਤੋਂ ਭੱਜਦੇ ਨਜ਼ਰ ਆਏ। ਬਾਈਟ ਤਾਂ ਕਰਨ ਦੋ ਨਾ, ਬਾਈਟ ਕਰਨ ਦੋ ਨਾ। ਨਹੀਂ ਨਹੀਂ, ਤੁਹਾਡੇ ਹੈ ਨਾ ਜੀ, ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜ ਰਹੇ ਹੋ, ਇਹਨਾਂ ਤਾਂ ਦੱਸ ਦਿਓ ਨਾ, ਦੱਸੋ ਕਿਹੜੇ ਮੁੱਦੇ ਆਪਣੇ। ਹਾਂਜੀ ਦੱਸੋ, ਬਾਅਦ ਦੱਸਿਆ ਲੈ ਕੇ ਸਰ ਤੁਸੀਂ ਇਲੈਕਸ਼ਨ ਲੜ ਰਹੇ ਹੋ। ਇੱਥੇ ਤੁਹਾਨੂੰ ਦੱਸ ਦਈਏ ਕਿ ਠੁਮਕੇ ਲਗਾਉਣ ਵਾਲੀ ਮਸ਼ਹੂਰ ਭੋਜਪੁਰੀ ਡਾਂਸਰ ਖੁਸ਼ਬੂ ਹੈ। ਨਾਲ ਇਹ ਵੀ ਦੇਖਣ ਨੂੰ ਮਿਲਿਆ ਕਿ ਅਜਿਹੇ ਡਾਂਸ ਪਹਿਲਾਂ ਹਰਿਆਣਾ, ਰਾਜਸਥਾਨ ਆਦਿ 'ਚ ਦੇਖਣ ਨੂੰ ਮਿਲਦੇ ਸਨ, ਪਰ ਹੁਣ ਇਹੀ ਹਾਲ ਪੰਜਾਬ ਵੱਲ ਨੂੰ ਤੁਰ ਪਿਆ। ਨਿਊਜ਼ ਡੈਸਕ ਤੋਂ ਗੁਰਿੰਦਰ ਸਿੰਘ ਖਾਲਸਾ ਦੀ ਰਿਪੋਰਟ, ਰੋਜ਼ਾਨਾ ਟਾਈਮਜ਼।